ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਭੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਲਹਿਰਾ ਗਾਗਾ। ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ, ਜਿਹੜੇ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਡਾਕਟਰਾਂ ਦੇ ਚੱਕਰ ਕੱਟ ਕੱਟ ਕੇ ਦੁਖੀ ਹੋ ਚੁੱਕੇ ਹੈ, ਉਹ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਆਪਣੀਆਂ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਦਾ 100% ਗਰੰਟਡ ਨਬਜ਼ ਦਿਖਾ ਕੇ ਦੇਸੀ ਦਵਾਈ ਦੇ ਨਾਲ ਇਲਾਜ ਕਰਵਾ ਸਕਦੇ ਹੈ। ਪਹਿਲੇ ਦਿਨ ਤੋਂ ਹੀ 10% ਉਹਨਾਂ ਨੂੰ ਆਪਣੀ ਬਿਮਾਰੀ ਦੇ ਵਿੱਚ ਫਰਕ ਦਿਸਣਾ ਸ਼ੁਰੂ ਹੋ ਜਾਂਦਾ। ਸੋ ਮਹਾਂਪੁਰਸ਼ਾਂ ਦੇ ਦੱਸੇ ਨੁਸਖਿਆਂ ਦੇ ਵਿੱਚੋਂ ਅੱਜ ਮੈਂ ਤੁਹਾਡੀ ਝੋਲੀ ਦੇ ਵਿੱਚ ਜੋ ਨੁਸਖਾ ਪਾਉਣ ਆਇਆ, ਉਹਦੇ ਨਾਲ ਬੜੇ ਪਰਿਵਾਰ ਨੇ ਜਿਹੜੇ ਉਹ ਟੁੱਟਣ ਦੇ ਕਿਨਾਰੇ 'ਤੇ ਹੋ ਜਾਂਦੇ ਆ, ਕਈ ਰਿਸ਼ਤੇ ਨੇ ਜਿਹੜੇ ਉਹ ਟੁੱਟਣ ਦੇ ਕਿਨਾਰੇ 'ਤੇ ਹੋ ਰਹੇ ਨੇ, ਕਈ ਟੁੱਟ ਗਏ ਰਿਸ਼ਤੇ। ਜੋ ਆਦਮੀ ਦੇ ਵਿੱਚ ਵੀਰਜ ਦੇ ਵਿੱਚ ਕਮੀ ਆ ਜਾਂਦੀ ਹੈ ਸ਼ੁਕਰਾਣੂਆਂ ਦੀ, ਜਾਂ ਬੱਚਾ ਪੈਦਾ ਕਰਨ ਵਾਲੇ ਸੈੱਲ ਕਹਿ ਲਓ, ਸ਼ੁਕਰਾਣੂ ਜਿਨ੍ਹਾਂ ਦੇ ਡੈੱਡ ਹੋ ਚੁੱਕੇ ਹੈ ਜਾਂ ਬਹੁਤ ਘੱਟ ਨੇ ਜਾਂ ਬਣਦੇ ਹੀ ਨਹੀਂ, ਨਿੱਲ ਨੇ, ਉਹਨਾਂ ਵਾਸਤੇ ਇਹ ਅੰਮ੍ਰਿਤ ਹੈ ਇਹ ਵੀਡੀਓ, ਇਹ ਨੁਸਖਾ। ਸੋ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਹੈ ਜਿਹੜਾ ਉਹਦੇ ਹਿੱਸੇਦਾਰ ਨਹੀਂ ਬਣੇ, ਸਬਸਕ੍ਰਾਈਬਰ ਨਹੀਂ ਬਣੇ, ਉਹ ਜ਼ਰੂਰ ਲਾਲ ਬਟਨ ਦਬਾ ਕੇ ਨਾਲ ਘੰਟੀ ਵਾਲਾ ਬਟਨ ਦਬਾ ਕੇ ਸਾਡੇ ਚੈਨਲ ਦੇ ਹਿੱਸੇਦਾਰ ਬਣੋ, ਤਾਂ ਜੋ ਹਰ ਇੱਕ ਵੀਡੀਓ, ਹਰ ਇੱਕ ਨੁਸਖਾ ਤੁਹਾਡੇ ਤੱਕ ਪਹਿਲ ਦੇ ਆਧਾਰ 'ਤੇ ਪਹੁੰਚ ਸਕੇ, ਤਾਂ ਜੋ ਤੁਸੀਂ ਅੱਗੇ ਵੀ ਭਲਾ ਕਰ ਸਕੋ। ਸੋ ਜਿਹੜੀ ਮੈਂ ਗੱਲ ਕਰਦਾ ਸੀ, ਇਹ ਨੁਸਖਾ ਜਿਹੜਾ ਕਈ ਚੀਜ਼ਾਂ ਨੇ ਮਹਾਂਪੁਰਸ਼ਾਂ ਦੀਆਂ, ਜਿੱਦਾਂ ਆਪਾਂ ਪਹਿਲਾਂ ਤੁਹਾਡੀ ਝੋਲੀ 'ਚ ਮਹਾਰਾਜਿਆਂ ਵਾਲਾ ਨੁਸਖਾ ਪਾਇਆ ਸੀ, ਹੁਣ ਜਦੋਂ ਸਾਡੇ ਕੋਲ ਦਵਾਈ ਲੈਣ ਆਉਂਦੇ ਆ ਮਰੀਜ਼, ਅਤੇ ਉਹ ਫਿਰ ਇੱਕ ਹੋਰ ਪ੍ਰੋਬਲਮ ਦੱਸਦੇ ਆ। ਕਈ ਪਰਿਵਾਰ ਨੇ ਜਿਨ੍ਹਾਂ ਦੇ ਵਿਆਹ ਨੂੰ 10-10 ਸਾਲ ਹੋ ਗਏ, ਕਿਸੇ ਨੂੰ 20 ਸਾਲ ਹੋ ਗਏ, ਕਿਸੇ ਨੂੰ 5 ਸਾਲ, ਬੱਚਾ ਨਹੀਂ ਹੋ ਰਿਹਾ ਸ਼ੁਕਰਾਣੂਆਂ ਕਰਕੇ, ਅਤੇ ਡਾਕਟਰਾਂ ਨੇ ਕਹਿ ਦਿੱਤਾ ਇਹਦਾ ਕੋਈ ਹੱਲ ਹੀ ਨਹੀਂ, ਕਿਉਂਕਿ ਇੰਗਲਿਸ਼ ਦਵਾਈ ਦੇ ਵਿੱਚ, ਮੈਡੀਕਲ ਦਵਾਈ ਦੇ ਵਿੱਚ ਇਹਦਾ ਕੋਈ ਇਲਾਜ ਨਹੀਂ। ਸੋ ਆਯੁਰਵੇਦ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ, ਤੁਹਾਡਾ ਹਰ ਇੱਕ ਇਲਾਜ ਕੁਦਰਤ ਦੇ ਵਿੱਚ ਹੈ, ਬਸ ਲੋੜ ਹੈ ਸਮਝਣ ਦੀ ਅਤੇ ਉਹਨੂੰ ਵਰਤਣ ਦੀ। ਸੋ ਜਿਨ੍ਹਾਂ ਦੇ ਸ਼ੁਕਰਾਣੂ ਨਹੀਂ ਬਣਦੇ ਜਾਂ ਵੀਰਜ ਬਹੁਤ ਘੱਟ ਆਉਂਦਾ, ਸ਼ੁਕਰਾਣੂ ਨਿਲਣੇ ਘੱਟ ਨੇ ਜਾਂ ਹੈ ਹੀ ਨਹੀਂ, ਡੈੱਡ ਹੈ ਬਿਲਕੁਲ, ਉਹਨਾਂ ਵਾਸਤੇ ਬਹੁਤ ਹੀ ਅੰਮ੍ਰਿਤ ਭਰਿਆ ਇਹ ਨੁਸਖਾ ਹੈ। ਪਹਿਲੇ ਮਹੀਨੇ ਦੇ ਵਿੱਚ 35% ਸ਼ੁਕਰਾਣੂਆਂ ਦੀ ਮਾਤਰਾ ਇਹ ਨੁਸਖਾ ਕਰ ਦਿੰਦਾ ਗਰੰਟੀ ਦੇ ਨਾਲ, ਤਾਂ ਮੈਂ ਗਰੰਟੀ ਦਿੰਦਾ ਸ਼ਟਾਮ ਪੇਪਰ 'ਤੇ ਲਿਖ ਕੇ, ਜਿਹੜੇ ਇਸ ਨੁਸਖੇ ਨੂੰ ਵਰਤਣਗੇ ਉਹ 35% ਇੱਕ ਮਹੀਨੇ ਦੇ ਵਿੱਚ ਬਿਲਕੁਲ ਨਿੱਲ ਨੇ ਜਿਨ੍ਹਾਂ ਦੇ ਸ਼ੁਕਰਾਣੂ, ਉਹ ਵੀ ਇੱਕ ਮਹੀਨੇ ਦੇ ਵਿੱਚ 35% ਇਸ ਨੁਸਖੇ ਨਾਲ ਸ਼ੁਕਰਾਣੂਆਂ ਦੀ ਗਿਣਤੀ ਹੋ ਜਾਂਦੀ ਹੈ, ਜਿਨ੍ਹਾਂ ਦੇ ਘੱਟ ਨੇ ਉਹ ਪੂਰੇ ਹੋਣ ਲੱਗ ਜਾਂਦੇ ਆ। ਸੋ 3 ਕੁ ਮਹੀਨਿਆਂ ਦਾ ਪੂਰਾ ਜੇ ਬੰਦਾ ਇਹ ਕੋਰਸ ਕਰ ਲਏ ਦਵਾਈ ਦਾ, ਤਾਂ ਮੈਂ ਗਰੰਟੀ ਸ਼ਟਾਮ ਪੇਪਰ 'ਤੇ ਲਿਖ ਕੇ ਦੇਣ ਨੂੰ ਤਿਆਰ ਹਾਂ, ਜਿੰਨਾ ਮਰਜ਼ੀ ਇਨਾਮ ਲੈ ਲਿਓ ਮੇਰੇ ਤੋਂ ਜੇ ਬੰਦਾ ਠੀਕ ਨਾ ਹੋਵੇ। ਸੋ ਤੁਸੀਂ ਵਰਤਣੀਆਂ ਨੇ ਜਿਹੜੀਆਂ ਚੀਜ਼ਾਂ ਪੰਸਾਰੀਆਂ ਤੋਂ ਲੈ ਕੇ, ਉਹ ਲਿਖ ਲਓ, ਨੋਟ ਕਰ ਲਓ,
ਤਕਰੀਬਨ ਇੱਕ ਵਾਰੀ ਬੋਲੂੰਗਾ, ਮੈਂ ਬੋਲੂੰਗਾ ਬਹੁਤ ਹੌਲੀ ਹੌਲੀ। ਸੋ ਮੈਂ ਵੀ ਲਿਖੀ ਹੋਈਆਂ ਨੇ, ਸੋ ਨੋਟ ਕਰ ਲਓ ਜੀ। ਸਾਲਮ ਪੰਜਾ, ਇਹ 50 ਗ੍ਰਾਮ ਜਿੰਨੀਆਂ ਮੈਂ ਚੀਜ਼ਾਂ ਬੋਲੂੰਗਾ ਭਸਮਾਂ ਨੂੰ ਛੱਡ ਕੇ, ਉਹ ਸਾਰੀਆਂ 50-50 ਗ੍ਰਾਮ ਹੀ ਲੈਣੀਆਂ ਨੇ। ਸਾਲਮ ਪੰਜਾ, ਸਾਲਮ ਮਿਸ਼ਰੀ, ਅਸ਼ਵਗੰਧਾ, ਸ਼ਤਾਵਰ, ਮੁਸਲੀ ਸਫੇਦ, ਮੁਸਲੀ ਕਾਲੀ, ਮੁਸਲੀ ਸਿੰਬਲ, ਕੌਂਚ ਬੀਜ ਚਿੱਟੇ, ਕੌਂਚ ਬੀਜ ਕਾਲੇ, ਭੱਖੜਾ, ਵਿਧਾਰੀ ਗੰਧ, ਆਕਰ ਕਰਾ, ਅਤੇ ਸਾਲਮ ਦੇ ਫੁੱਲ, ਚੋਬ ਚੀਨੀ, ਛੋਟੀ ਇਲਾਚੀ, ਕਬਾਬ ਚੀਨੀ, ਬੀਜ ਬੰਦ, ਬਾਹਮਣ ਸਫੇਦ, ਬਾਹਮਣ ਲਾਲ, ਇਲਾਚੀ ਵੱਡੀ, ਬੰਸ ਲੋਚਣ, ਅਤੇ ਤਾਲ ਮਖਾਣਾ। ਇਹ 50-50 ਗ੍ਰਾਮ ਚੀਜ਼ਾਂ ਲੈਣੀਆਂ ਨੇ। ਬੰਗ ਭਸਮ 10 ਗ੍ਰਾਮ, ਲੋਹ ਭਸਮ 10 ਗ੍ਰਾਮ, ਤਿਰਬੰਗ ਭਸਮ 10 ਗ੍ਰਾਮ, ਸਿਰੰਗ ਭਸਮ 10 ਗ੍ਰਾਮ, ਸੋਨਾ ਭਸਮ 1 ਗ੍ਰਾਮ, ਚਾਂਦੀ ਭਸਮ 1 ਗ੍ਰਾਮ, ਹੀਰਾ ਭਸਮ 1 ਗ੍ਰਾਮ। ਇਸੇ ਤਰ੍ਹਾਂ ਮਕਰ ਧਵਜ ਭਸਮ ਇਕੱਲੀ, ਮਕਰ ਧਵਜ ਭਸਮ ਇਹ 10 ਗ੍ਰਾਮ। ਇਸੇ ਤਰ੍ਹਾਂ ਹੀ ਤੁਸੀਂ ਜੋ ਲੈਣੀ ਹੈ ਸੋਨਾ ਭਸਮ 1 ਗ੍ਰਾਮ, ਹੀਰਾ ਭਸਮ 1 ਗ੍ਰਾਮ, ਅਤੇ ਇਸੇ ਤਰ੍ਹਾਂ ਚਾਂਦੀ ਭਸਮ 1-1 ਗ੍ਰਾਮ ਲੈਣੀ ਹੈ। ਬੰਗ ਭਸਮ ਹੈ ਜਿਹੜੀ ਉਹ 10 ਗ੍ਰਾਮ, ਲੋਹ ਭਸਮ 10 ਗ੍ਰਾਮ, ਅਤੇ ਤਿਰਬੰਗ ਭਸਮ 10 ਗ੍ਰਾਮ, ਇਹ 10-10 ਗ੍ਰਾਮ ਲੈਣੀਆਂ ਨੇ। ਗਲੋਏ ਦਾ 7 ਹੈ ਜਿਹੜਾ, ਇਹ 50 ਗ੍ਰਾਮ ਲੈਣਾ ਹੈ। ਔਰ ਮੁਕਤਾ ਸ਼ਕਤੀ ਭਸਮ ਹੈ ਜਿਹੜੀ, ਇਹ 10 ਗ੍ਰਾਮ ਲੈਣੀ ਹੈ ਤੁਸੀਂ ਨੇ। ਕਸਤੂਰੀ ਹੈ ਜਿਹੜੀ ਉਹ 1 ਗ੍ਰਾਮ ਲੈਣੀ ਹੈ। ਮੋਚ ਰਸ 50 ਗ੍ਰਾਮ ਲੈਣਾ। ਨਾਗ ਕੇਸਰ ਇਹ 50 ਗ੍ਰਾਮ ਲੈਣਾ। ਜੈਫਲ ਹੈ ਜਿਹੜਾ ਇਹ 50 ਗ੍ਰਾਮ ਲੈਣਾ। ਕੇਸਰ ਅਸਲੀ ਪਹਿਲੇ ਤੋੜਦਾ, ਇਹ 50 ਗ੍ਰਾਮ ਲੈਣਾ ਤੁਸੀਂ ਨੇ। ਅਤੇ ਲੌਂਗ ਇਹ 50 ਗ੍ਰਾਮ ਲੈਣੇ ਹੈ। ਕਮਰਕਸ ਇਹ ਵੀ 50 ਗ੍ਰਾਮ ਲੈਣਾ। ਗਾਜਰ ਦੇ ਬੀਜ ਇਹ 50 ਗ੍ਰਾਮ ਲੈਣੇ ਨੇ। ਜਵੈਤਰੀ 50 ਗ੍ਰਾਮ ਲੈਣੀ ਹੈ। ਇਹ ਚੀਜ਼ਾਂ ਤੁਸੀਂ ਜਿੰਨੀਆਂ ਮੈਂ ਬੋਲੀਆਂ ਨੇ, ਇਹ ਸਾਰੀਆਂ ਜਿੰਨੀ ਜਿੰਨੀ ਮਾਤਰਾ ਦੱਸੀ ਹੈ ਇਹ 50-50 ਗ੍ਰਾਮ, ਅਤੇ ਜਿਹੜੀ ਵਿੱਚ 10-10 ਗ੍ਰਾਮ ਨੇ, ਅਤੇ ਸੋਨਾ ਭਸਮ, ਚਾਂਦੀ ਭਸਮ ਅਤੇ ਹੀਰਾ ਭਸਮ 1-1 ਗ੍ਰਾਮ ਦੱਸੀਆਂ ਨੇ। ਜਿਵੇਂ ਜਿਵੇਂ ਮਾਤਰਾ ਮੈਂ ਤੁਹਾਨੂੰ ਦੱਸੀ ਹੈ, ਇਹ ਸਾਰੀਆਂ ਇਸੇ ਤਰ੍ਹਾਂ ਲੈ ਕੇ ਇਹਨਾਂ ਨੂੰ ਸਾਰੀਆਂ ਨੂੰ ਬਰੀਕ ਪੀਸ ਕੇ ਮਿਕਸ ਕਰਕੇ 1 ਚਮਚਾ ਸਵੇਰੇ, 1 ਚਮਚਾ ਸ਼ਾਮ ਨੂੰ ਖਾਲੀ ਪੇਟ ਦੁੱਧ ਨਾਲ ਲੈਣੀ ਹੈ। ਦੁੱਧ ਦੇ ਵਿੱਚ 1 ਗਲਾਸ ਦੁੱਧ ਨੂੰ ਉਬਾਲ ਕੇ ਥੱਲੇ ਉਤਾਰ ਕੇ ਉਹਦੇ 'ਚ 1 ਚਮਚਾ ਦੇਸੀ ਘਿਓ ਦਾ, ਗਾਂ ਦਾ ਪਿਓਰ, 2 ਚਮਚੇ ਸ਼ਹਿਦ ਦੇਸੀ, ਇਹ ਮਿਲਾ ਕੇ ਉਹਦੇ ਨਾਲ ਇਹ ਦਵਾਈ ਲੈਣੀ ਹੈ ਤੁਸੀਂ ਸਵੇਰੇ ਖਾਲੀ ਪੇਟ, ਸ਼ਾਮ ਨੂੰ ਰੋਟੀ ਤੋਂ 2 ਘੰਟੇ ਪਹਿਲਾਂ। ਸੋ ਇਹ 2 ਟਾਈਮ ਦਵਾਈ ਵਰਤੋ ਤਾਂ ਮੈਂ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ ਸਟਾਮ ਪੇਪਰ 'ਤੇ। 10 ਲੱਖ ਦਾ ਇਨਾਮ ਦੇਣ ਨੂੰ ਤਿਆਰ ਹਾਂ ਜੇ ਬੰਦਾ
ਇਹ ਦਵਾਈ 3 ਮਹੀਨੇ ਖਾ ਕੇ ਕਵੇ ਮੇਰੇ ਸ਼ੁਕਰਾਣੂ ਨਹੀਂ ਵਧੇ। 1 ਮਹੀਨੇ 'ਚ 35% ਸ਼ੁਕਰਾਣੂ ਹੋ ਜਾਣਗੇ ਬਿਲਕੁਲ, ਜੇ ਨਿੱਲ ਆਉਂਦੇ ਆ ਰਿਪੋਰਟ ਦੇ ਵਿੱਚ। ਇਹ ਗਰੰਟੀ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ। ਸੋ ਆਪ ਵਰਤੋਂ, ਕਿਸੇ ਨਾ ਕਿਸੇ ਦੀ ਯਾਰ ਟੁੱਟਦੀ ਹੋਈ ਮੈਰਿਜ ਨੂੰ, ਵਿਆਹ ਨੂੰ ਉਹ ਬਚਾਓ। ਹਰ ਇੱਕ ਬੱਚੇ ਦੇ ਸੁੱਖ ਤੋਂ ਕੋਈ ਵਾਂਝਾ ਨਾ ਰਹੇ। ਕੁਦਰਤ ਦੇ ਵਿੱਚ ਤੁਹਾਡੇ ਹਰ ਇੱਕ ਇਲਾਜ ਨੇ। ਬਾਕੀ ਕਿਸੇ ਬੀਬੀ ਦੇ ਵਿੱਚ ਕੋਈ ਕਮੀ ਹੈ, ਬੱਚੇਦਾਨੀ 'ਚ ਰਸੌਲੀਆਂ ਨੇ ਜਾਂ ਅੰਡੇਦਾਨੀ 'ਚ ਕੋਈ ਨੁਕਸ ਹੈ, ਅੰਡਾ ਨਹੀਂ ਬਣ ਰਿਹਾ, ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸ ਆ ਰਿਹਾ, ਤਾਂ ਉਹ ਪਤੀ ਪਤਨੀ ਦੋਨੋਂ ਮੈਨੂੰ ਮਿਲ ਸਕਦੇ ਹੈ। ਬਾਂਝਪਣ ਦਾ ਗਰੰਟੀ ਦੇ ਨਾਲ ਅਸੀਂ ਇਲਾਜ ਕਰਦੇ ਹਾਂ। ਬਾਕੀ ਆਹ ਦਵਾਈ ਵੀ, ਹਰ ਇੱਕ ਦਵਾਈ ਅਸੀਂ ਬਣਾ ਕੇ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਦਿੰਦੇ ਹਾਂ, ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਹਰ ਐਤਵਾਰ ਨੂੰ। ਤਾਂ ਮੈਨੂੰ ਤੁਸੀਂ ਮਿਲ ਸਕਦੇ ਹੋ ਪਿੰਡ ਡਸਕੇ ਦੇ ਵਿੱਚ, ਗਰੰਟੀ ਦੇ ਨਾਲ ਆਪਣੇ ਇਲਾਜ ਕਰਵਾ ਸਕਦੇ ਹੋ। ਬਾਕੀ ਇਹ ਵੀਡੀਓ ਨੂੰ ਅੱਗੇ ਵਟਸਐਪ ਗਰੁੱਪਾਂ ਦੇ ਵਿੱਚ, ਫੇਸਬੁੱਕ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ, ਅੱਗੇ ਵੀ ਦੱਸੋ, ਤਾਂ ਜੋ ਹਰ ਇੱਕ ਦਾ ਭਲਾ ਹੋ ਸਕੇ, ਹਰ ਇੱਕ ਤੱਕ ਵੀਡੀਓ ਪਹੁੰਚ ਸਕੇ। ਤੁਹਾਡਾ ਸਭ ਦਾ ਧੰਨਵਾਦ, ਜਿੰਨੇ ਸਾਡੇ ਨਾਲ ਜੁੜੇ ਹੋ, ਜਿੰਨੇ ਵਿਦੇਸ਼ਾਂ ਦੇ ਵਿੱਚ ਜੁੜੇ ਹੋ, ਜਿੰਨੇ ਇੱਥੇ ਇੰਡੀਆ ਦੇ ਵਿੱਚ ਗਰੁੱਪਾਂ ਨਾਲ ਕਮੇਟੀਆਂ ਜੁੜੀਆਂ ਨੇ, ਸਭ ਦਾ ਧੰਨਵਾਦ, ਸਭ ਦਾ ਸਤਿਕਾਰ ਹੈ, ਸਭ ਨੂੰ ਪਿਆਰ ਹੈ। ਸਭ ਰਲ ਮਿਲ ਕੇ ਤੰਦਰੁਸਤ ਬਣਾਈਏ ਸਮਾਜ ਨੂੰ। ਸਾਡਾ ਹਰ ਇੱਕ ਇਲਾਜ ਸਾਡੀ ਕੁਦਰਤ ਦੇ ਵਿੱਚ ਹੈ, ਬਸ ਲੋੜ ਹੈ ਉਹਨੂੰ ਲੱਭ ਕੇ ਕਰਨ ਦੀ। ਆਓ ਰਲ ਮਿਲ ਕੇ ਆਪਾਂ ਸਾਰੇ ਤੰਦਰੁਸਤ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।